ਉਹ ਮਹਾਂਪੁਰਸ਼ਾਂ ਦਾ ਜਨਮ 2 ਜੂਨ 1947 ਨੂੰ ਬਾਬਾ ਜਗਿੰਦਰ ਸਿੰਘ ਦੇ ਗ੍ਰਹਿ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ ਸੀ ਔਰ ਆਪ 5ਵੀਂ ਜਮਾਤ ਤੱਕ ਪੜ੍ਹੇ ਨੇ ਪਰ ਆਪ ਜੀ ਵੀ ਇਸੇ ਤਰ੍ਹਾਂ ਬੜੇ ਗੈਰ ਗੰਭੀਰ ਅਤੇ ਵੀਰ ਰਸੀ ਸੁਭਾਅ ਸੀਗਾ ਬਚਪਨ ਤੋਂ ਹੀ ਔਰ ਇਹਨਾਂ ਦਾ ਤੇਜ ਪ੍ਰਤਾਪ ਇੰਨਾ ਸੀ ਨਗਰ ਨਿਵਾਸੀ ਦੱਸਦੇ ਨੇ ਕਿ ਜਦੋਂ ਆਪ ਜੀ ਖੇਤਾਂ 'ਚੋਂ ਕਿਤੇ ਤੁਰੇ ਆਉਂਦੇ ਹੁੰਦੇ ਸੀ ਨਾ ਤੇ ਨਗਰ ਨਿਵਾਸੀ ਗੱਲਾਂ ਕਰਦੇ ਚੁੱਪ ਕਰ ਜਾਂਦੇ ਸੀ ਵੀ ਜਰਨੈਲ ਸਿੰਘ ਆ ਗਿਆ ਉਹਨੇ ਕਹਿਣਾ ਬਾਣੀ ਨਹੀਂ ਪੜ੍ਹਦੇ ਗੱਲਾਂ ਕਰੀ ਜਾਂਦੇ ਔਰ ਇਸ ਪ੍ਰਕਾਰ ਆਪ ਜੀ ਦੀ ਜਿਹੜੀ ਆਤਮਕ ਰੂਹਾਨੀਅਤ ਸਮਰੱਥਾ ਸੀ ਉਹ ਵੀ ਪ੍ਰਗਟ ਹੁੰਦੀ ਜਾ ਰਹੀ ਸੀ ਨਗਰ ਨਿਵਾਸੀਆਂ ਦੇ ਵਿੱਚ ਕਿਉਂਕਿ ਆਪ ਜੀ ਜਿੱਥੇ ਜਿਸ ਕਮਰੇ 'ਚ ਬੈਠ ਕੇ ਸਿਮਰਨ ਕਰਦੇ ਸਨ ਉੱਥੋਂ ਕਈ ਵਾਰੀ ਅਲੋਪ ਵੀ ਹੋਏ ਨੇ ਇਹ ਉਹ ਪਰਿਵਾਰ ਜਾਣਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਸੀ ਇਸ ਗੱਲ ਦਾ ਸੋ ਇਸ ਤਰ੍ਹਾਂ ਆਪ ਜੀ ਦੇ ਭਰਾਤਾ ਨੇ ਇੱਕ ਵਾਰੀ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਸ਼ਰਾਬ ਪੀਤੀ ਅੱਗੋਂ ਮਿਲ ਪਿਆ ਤਾਂ ਕਹਿਣ ਲੱਗੇ ਸ਼ਰਾਬ ਨਾ ਪੀਆ ਕਰ ਭਾਈ ਸਾਹਿਬ ਸ਼ਰਾਬ ਛੱਡ ਦੇ ਕਹਿਣ ਲੱਗਾ ਸ਼ਰਾਬ ਮੈਂ ਪੀਣਾ ਤੈਨੂੰ ਸੂਲ ਹੁੰਦਾ ਤਾਂ ਮਹਾਂਪੁਰਸ਼ ਥੋੜ੍ਹਾ ਜਿਹਾ ਟੇਢੀ ਨਜ਼ਰ ਨਾਲ ਵੇਖ ਕੇ ਕਹਿਣ ਲੱਗੇ ਸੂਲ ਹੋਵੇ ਤੈਨੂੰ ਮੈਨੂੰ ਕਿਉਂ ਹੋਵੇ ਸ਼ਰਾਬ ਤੂੰ ਪੀਣਾ ਫਿਰ ਘਰ ਆ ਕੇ ਮੰਜੇ 'ਤੇ ਡਿੱਗ ਪਿਆ ਤਾਂ ਫਿਰ ਬੜਾ ਇਲਾਜ ਕਰਾਏ ਡਾਕਟਰਾਂ ਵੈਦਾਂ ਕੋਲੋਂ ਗੱਲ ਨਾ ਬਣੀ ਅਤੇ ਫਿਰ ਬਾਬੇ ਜਗਿੰਦਰ ਸਿੰਘ ਨੂੰ ਦੱਸਿਆ ਗਿਆ ਉਹਨਾਂ ਨੇ ਫਿਰ ਕਿਹਾ ਬੇਟਾ ਜਰਨੈਲ ਸਿੰਘ ਆ ਤੇਰੇ ਬਚਨ ਨਾਲ ਇੰਜ ਹੋਇਆ ਅਤੇ ਤੂੰ ਕੋਈ ਅਰਦਾਸ ਬੇਨਤੀ ਕਰ ਰਹੇ ਬਹੁਤ ਤੜਫ ਰਿਹਾ ਬੜੀ ਬੁਰੀ ਹਾਲਤ ਆ ਫਿਰ ਮਹਾਂਪੁਰਸ਼ਾਂ ਨੇ ਆਪਣੇ ਭਰਾਤਾ ਨੂੰ ਕਿਹਾ ਕਿ ਇੱਥੇ ਉੱਠ ਕੇ ਖੜਾ ਹੋ ਹਰਿਮੰਦਰ ਸਾਹਿਬ ਵੱਲ ਨੂੰ ਮੂੰਹ ਕਰਕੇ ਖਲੋ ਕੇ ਅਰਦਾਸ ਕਰਕੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਫਿਰ ਸੂਲ ਵੀ ਕਦੇ ਨਹੀਂ ਹੋਵੇਗਾ ਅਤੇ ਜੇ ਨਾ ਛੱਡੀ ਤਾਂ ਇਹ ਸੂਲ ਨਹੀਂ ਹਟਣਾ ਫਿਰ ਉਹਨੇ ਉੱਠ ਕੇ ਖਲੋ ਕੇ ਅਰਦਾਸ ਕੀਤੀ ਅਤੇ ਉਹਦਾ ਸੂਲ ਹਟ ਗਿਆ ਰਹੋ ਵਿਚਾਰ ਹੋਰ ਵੀ ਉਹਨਾਂ ਦੇ ਅਧਿਆਤਮਵਾਦ ਦੇ ਬਚਨ ਇੱਕ ਵਾਰੀ ਆਪ ਜੀ ਭਿੰਡਰੀ ਗਏ ਭਿੰਡਰ ਕਲਾਂ ਨਗਰ ਵਿੱਚ ਅਤੇ ਉੱਥੇ ਦੋ ਪਰਿਵਾਰ ਰਹਿੰਦੇ ਸਨ ਇੱਕ ਅੰਮ੍ਰਿਤਧਾਰੀ ਪਰਿਵਾਰ ਸੀ ਦੂਸਰਾ ਸ਼ਰਾਬੀ ਕਬਾਬੀ ਸੀ ਸ਼ਰਾਬੀ ਪਰਿਵਾਰ ਦੇ ਬਜ਼ੁਰਗ ਨਾਲ ਅੰਮ੍ਰਿਤਧਾਰੀ ਪਰਿਵਾਰ ਦਾ ਬਜ਼ੁਰਗ ਗੱਲ ਕਰਨ ਲੱਗਾ ਭਈ ਤੁਸੀਂ ਕਦੇ ਖਿਆਲ ਕੀਤਾ ਸਾਡੀ ਜ਼ਮੀਨ ਤੁਹਾਡੇ ਨਾਲੋਂ ਘੱਟ ਆ ਪਰ ਅਸੀਂ ਬੜੇ ਸੁਖੀ ਹਾਂ ਤੁਹਾਡੀ ਜ਼ਮੀਨ ਬੜੀ ਪਰ ਠੂਠੇ ਨਾਲ ਕਨਾਲੀ ਖੜਕਦੀ ਆ ਗਰੀਬੀ ਹੈ ਕਲਾ ਕਲੇਸ਼ ਤੁਹਾਡੇ ਘਰ 'ਚ ਰਹਿੰਦਾ ਕਦੇ ਖਿਆਲ ਨਹੀਂ ਕੀਤਾ ਕਹਿਣ ਲੱਗੇ ਵੀ ਹਾਂ ਇਹ ਗੱਲ ਤਾਂ ਹੈ ਤੂੰ ਦੱਸ ਕੀ ਕਰੀਏ ਕਹਿੰਦੇ ਇੱਥੇ ਮਹਾਂਪੁਰਸ਼ ਆ ਰਹੇ ਨੇ ਸੰਤ ਜਰਨੈਲ ਸਿੰਘ ਜੀ ਅਤੇ ਕੋਈ ਸੇਵਾ ਕਰੋ ਲੰਗਰ ਵਿੱਚ ਕਹਿੰਦੇ ਕੀ ਕਰੀਏ ਉਹਨਾਂ ਕਹੇ ਕੋਈ ਖੰਡ ਦੀ ਬੋਰੀ ਆਟੇ ਦੀ ਬੋਰੀ ਕੁਛ ਲੈ ਆਓ ਅਤੇ ਨਾਲੇ ਆਪਣੇ ਬੇਟੇ ਨੂੰ ਕਹੋ ਹੱਥੀਂ ਸੇਵਾ ਕਰੇ ਉਹਦੇ ਬੇਟੇ ਦਾ ਨਾਂ ਸੀ ਤਰਸੇਮ ਸਿੰਘ ਅੱਜ ਕੱਲ੍ਹ ਕੈਨੇਡਾ ਵਿੱਚ ਹੈ ਇਹ ਮੈਨੂੰ ਉਹਨੇ ਆਪਣਾ ਹੱਡ ਬੀਤਿਆ ਬਚਨ ਸੁਣਾਇਆ ਭਈ ਜਿਸ ਵੇਲੇ ਸੇਵਾ ਕੀਤੀ ਅਤੇ ਆਖਰੀ ਦਿਨ ਦੀਵਾਨ ਦੀ ਸਮਾਪਤੀ ਅਤੇ ਅੰਮ੍ਰਿਤ ਸੰਚਾਰ ਵੀ ਹੋਇਆ ਪਰ ਉਸ ਬਜ਼ੁਰਗ ਨੇ ਮੈਨੂੰ ਖੜੇ ਕੀਤਾ ਸੰਤਾਂ ਅੱਗੇ ਕਿਹਾ ਜੀ ਇਹਨਾਂ 'ਤੇ ਵੀ ਕਿਰਪਾ ਕਰੋ ਤਾਂ ਸੰਤਾਂ ਨੇ ਸਿਰਫ ਇੰਨਾ ਬਚਨ ਕੀਤਾ ਸਿੰਘ ਅੱਜ ਤੋਂ ਬਾਅਦ ਕੇਸ ਦਾੜਾ ਨਾ ਕਟਾਈ ਮੇਰੇ ਵਾਸਤੇ ਸੌਖਾ ਕੰਮ ਸੀ ਸ਼ਰਾਬ ਛੱਡਣੀ ਬੜਾ ਔਖਾ ਕੰਮ ਸੀ ਪਰ ਕੇਸ ਦਾੜਾ ਰੱਖਣਾ ਸੌਖਾ ਸੀ ਮੈਂ ਮੰਨ ਗਿਆ ਸੱਤ ਵਜਨ ਅਗਲੇ ਸਾਲ ਫਿਰ ਆਏ ਫਿਰ ਉਸ ਬਜ਼ੁਰਗ ਨੇ ਮੈਨੂੰ ਇਸੇ ਤਰ੍ਹਾਂ ਸੇਵਾ ਕਰਾਈ ਅਤੇ ਸੰਤਾਂ ਕੇ ਖੜਾ ਕੀਤਾ ਫਿਰ ਸੰਤਾਂ ਨੇ ਕਿਹਾ ਸਿੰਘਾ ਹੁਣ ਅੰਮ੍ਰਿਤ ਪਾਨ ਕਰ ਅੱਜ ਅੰਮ੍ਰਿਤ ਸੰਚਾਰ ਵੀ ਹੋਣਾ ਅਤੇ ਮੈਂ ਕਹਿਣ ਲੱਗਾ ਨਾ ਬਾਬਾ ਜੀ ਇਹ ਕੰਮ ਨਹੀਂ ਹੋ ਸਕਦਾ ਕਹਿੰਦੇ ਕਿਉਂ ਕਹਿੰਦੇ ਮੈਂ ਲੋਕਾਂ ਵਾਲ ਵਰਗਾ ਬਨੋਟੀ ਅੰਮ੍ਰਿਤ ਨਹੀਂ ਛਕਣਾ ਵੀ ਅੰਮ੍ਰਿਤ ਵੀ ਛਕ ਲਵਾਂ ਅਤੇ ਸ਼ਰਾਬ ਵੀ ਪੀ ਜਾਵਾਂ ਸ਼ਰਾਬ ਮੈਂ ਛੱਡ ਨਹੀਂ ਸਕਦਾ ਕਿਉਂਕਿ ਪਿਓ ਪੁੱਤ ਸਾਰੇ ਅਸੀਂ ਬੈਠੇ ਇਕੱਠੇ ਸ਼ਰਾਬ ਪੀਂਦੇ ਸੀ ਰੋਜ਼ ਹੀ ਸ਼ਾਮਾਂ ਮੈਂ ਕਿਹਾ ਜੀ ਸ਼ਰਾਬ ਨਹੀਂ ਛੁੱਟ ਸਕਦੀ ਮਹਾਂਪੁਰਸ਼ ਕਹਿਣ ਲੱਗੇ ਤੂੰ ਸਿਰਫ ਸਾਡਾ ਇੰਨਾ ਬਚਨ ਮੰਨ ਕੇ ਅੰਮ੍ਰਿਤ ਪਾਨ ਕਰ ਸ਼ਰਾਬ ਪੀਣ ਦੀ ਤੈਨੂੰ ਮਨਾਹੀ ਰੱਜ ਕੇ ਪੀਵੀ ਜਿੰਨੀ ਮਰਜ਼ੀ ਤੇਰਾ ਮਨ ਕਰੇ ਤਾਂ ਜੇ ਇੱਥੇ ਕੁਝ ਹੋਇਆ ਤਾਂ ਤੈਨੂੰ ਸ਼ਰਾਬ ਨਹੀਂ ਪੀਣ ਦਿਆਂਗੇ ਇੱਦਾਂ ਡਾਇਰੈਕਟ ਕਿਹਾ ਸੰਤਾਂ ਆਮ ਤੌਰ 'ਤੇ ਹਜੇ ਵਚਨ ਨਹੀਂ ਸੀ ਕਦੇ ਕਰਦੇ ਕਹਿੰਦੇ ਜੇ ਇੱਥੇ ਕੁਝ ਹੋਇਆ ਤੂੰ ਸ਼ਰਾਬ ਵੱਲ ਨੂੰ ਵੇਖੇਂਗਾ ਵੀ ਨਹੀਂ ਇਹ ਜ਼ਿੰਮੇਵਾਰੀ ਸਾਡੀ ਤੂੰ ਸ਼ਰਾਬ ਪੀਣੀ ਤਾਂ ਪੀ ਲਵੇਂ ਕਹਿੰਦੇ ਮੈਂ ਵਚਨ ਮੰਨਣਾ ਪੈਣਾ ਸੀ ਫਿਰ ਮਜਬੂਰ ਹੋ ਗਿਆ ਵੀ ਵੇਖੀਏ ਭਲਾ ਮੈਂ ਅੰਮ੍ਰਿਤ ਛਕ ਲਿਆ ਅਤੇ ਮੁੜ ਕੇ ਕਦੇ ਫੁਰਨਾ ਨਹੀਂ ਆਇਆ ਸ਼ਰਾਬ ਦਾ ਸੋ ਗੁਰੂ ਕੇ ਪਿਆਰਿਓ ਇਉਂ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਇਹ ਲਾਭ ਹੈ ਨਰਕਾਂ 'ਚੋਂ ਕੱਢ ਕੇ ਸੱਚਖੰਡ ਵਿੱਚ ਪਹੁੰਚਾਉਣ ਵਾਲੇ ਨੇ ਗੁਰੂ ਕੇ ਪਿਆਰੇ ਸੋ ਇਸ ਪ੍ਰਕਾਰ ਉਹ ਤਰਸੇਮ ਸਿੰਘ ਕਹਿਣ ਲੱਗਾ ਵੀ ਅੰਮ੍ਰਿਤ ਛਕ ਲਿਆ ਕਦੇ ਫੁਰਨਾ ਨਹੀਂ ਆਇਆ ਘਰ ਵਿੱਚ ਵੀ ਰੇਲਾਂ ਫੇਲਾਂ ਹੋ ਗਈਆਂ ਬੜੀ ਜ਼ਮੀਨ ਅਸੀਂ ਖਰੀਦ ਲਈ ਇੱਥੋਂ ਤੱਕ ਕਿ ਮੇਰਾ ਬੇਟਾ ਕੈਨੇਡਾ ਆਉਣ ਨੂੰ ਨਹੀਂ ਮੰਨਦਾ ਮੈਂ ਜ਼ੋਰ ਲਾ ਹਟਿਆ ਪਰ ਉਹ ਕਹਿੰਦਾ ਨਹੀਂ ਬਾਪੂ ਜੀ ਇੱਥੇ ਇੰਨੇ ਸੁੱਖ ਮਿਲੇ ਹੋਏ ਨੇ ਅਸੀਂ ਕੈਨੇਡਾ ਕੀ ਕਰਨਾ ਜਾ ਕੇ ਸੋ ਇਸ ਪ੍ਰਕਾਰ ਪਹਿਲਾਂ ਕਦੇ ਬੜੀ ਗਰੀਬੀ ਸੀ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ ਹਰ ਇੱਕ ਸਹਾਥ ਆਇਆ ਵਰਸਾਣੇ ਬਹੁ ਤੇਰੇ ਤਿਸ ਲੱਗ ਮੁਕਤ ਭਏ ਕੰਢੇਰੇ 1977 ਵਿੱਚ ਸੰਤ ਕਰਤਾਰ ਸਿੰਘ ਦੇ ਸਰੀਰ ਤਿਆਗਣ ਤੋਂ ਬਾਅਦ ਉਹ ਮੁਖੀ ਬਣੇ ਸੀ ਟਕਸਾਲ ਦੇ 78 ਵਿੱਚ ਨਿਰੰਕਾਰੀਆਂ ਦੇ ਹੱਥੋਂ ਜਦੋਂ ਸ਼ਹਾਦਤ ਹੋਈ 13 ਸਿੰਘਾਂ ਦੀ ਉਦੋਂ ਬਾਅਦ ਸੰਤ ਉੱਧਰ ਕੁਝ ਮਸ਼ਰੂਫ ਸਨ ਮਿਹਤੇ ਆਏ ਅਤੇ ਦਰਸ਼ਨੀ ਡਿਉੜੀ ਵਿੱਚ ਜਿਹੜੇ ਚਸ਼ਮਦੀਦ ਗਵਾਹ ਸਿੰਘ ਉਹਨਾਂ ਮੈਨੂੰ ਬਚਨ ਦੱਸਿਆ ਅੱਜ ਵੀ ਹੈਗੇ ਨੇ ਉਹ ਕਹਿੰਦੇ ਦਰਸ਼ਨੀ ਡਿਉੜੀ 'ਚ ਉਹਨਾਂ ਨੇ ਜਥੇ ਦੇ ਸਿੰਘ ਇਕੱਠੇ ਕੀਤੇ
ਤੇ ਬਚਨ ਕਰਨ ਲੱਗ ਪਏ ਸਿੰਘੋ ਸਿੰਘਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਤੁਹਾਡੇ ਜੀਵਨ ਹੋਰ ਉੱਚੇ ਸੁੱਚੇ ਬਣਨੇ ਚਾਹੀਦੇ ਨੇ ਪਰ ਤੁਹਾਡੇ ਵਿੱਚੋਂ ਮੇਰੀ ਗੈਰ ਹਾਜ਼ਰੀ ਵਿੱਚ ਕੁਝ ਸਿੰਘਾਂ ਨੇ ਨੇਤਰੇ ਵਿੱਚ ਫਰਕ ਪਾਇਆ ਆਪਣੇ ਆਪ ਹੀ ਉੱਠ ਕੇ ਆਪਣੀ ਗਲਤੀ ਮੰਨੋ ਸਿੰਘ ਉੱਠੇ ਨਹੀਂ ਫਿਰ ਦੁਬਾਰਾ ਫਿਰ ਤੀਜੀ ਵਾਰੀ ਕਿਹਾ ਮੇਰੀ ਪ੍ਰੀਖਿਆ ਨਾ ਲਓ ਨਹੀਂ ਤਾਂ ਮੈਂ ਆਪ ਨਾਮ ਲੈ ਕੇ ਦੱਸਾਂਗਾ ਤਾਂ ਸਿੰਘ ਉੱਠੇ ਨਹੀਂ ਫਿਰ ਇੱਕ ਸਿੰਘ ਨੂੰ ਕਿਹਾ ਭਾਈ ਸਵਰਨ ਸਿੰਘ ਜੀ ਉੱਠੋ ਤੁਸੀਂ ਫਲਾਣੇ ਦਿਨ ਜਾਪ ਸਾਹਿਬ ਦਾ ਪਾਠ ਨਹੀਂ ਸੀ ਕੀਤਾ ਭਾਈ ਜਸਵੀਰ ਸਿੰਘ ਜੀ ਤੁਸੀਂ ਉੱਠੋ ਤੁਸੀਂ ਦੋ ਬਾਣੀਆਂ ਪੜ੍ਹੀਆਂ ਸੀ ਤਿੰਨ ਬਾਣੀਆਂ ਦਾ ਨਿਤਨੇਵੇਂ ਕੀਤਾ ਸਾਡੇ ਜਥੇ 'ਚ ਇਹ ਇੱਦਾਂ ਦੀ ਢਲਿਆਈ ਸਾਨੂੰ ਮਨਜ਼ੂਰ ਨਹੀਂ ਹੈ ਤਿੰਨ ਸਿੰਘਾਂ ਨੂੰ ਵਾਰੀ ਵਾਰੀ ਦੱਸਿਆ ਸੀ ਅਤੇ ਫਿਰ ਕਿਹਾ ਸੀ ਕਿ ਜਿਨ੍ਹਾਂ ਨੇ ਮੈਨੂੰ ਦਸਤਾਰ ਦਿੱਤੀ ਆ ਉਹਨਾਂ ਨੇ ਮੇਰੇ ਅੰਦਰ ਵੀ ਕੁਝ ਪਾਇਆ ਹੈ ਗੁਰੂ ਮਹਾਰਾਜ ਨੇ ਮੇਰੇ ਅੰਦਰ ਕੋਈ ਬਖਸ਼ਿਸ਼ ਕੀਤੀ ਆ ਜਿੱਥੇ ਜਿੱਥੇ ਤੁਸੀਂ ਵਿਚਰਦੇ ਹੋ ਇਕੱਲੇ ਇਕੱਲੇ ਬਾਰੇ ਮੈਨੂੰ ਪਤਾ ਜੇ ਨਹੀਂ ਯਕੀਨ ਤਾਂ ਮੇਰੇ ਅੱਗੋਂ ਦੀ ਲੰਘੋ ਤੁਹਾਡੇ ਦਿਲਾਂ ਦੇ ਫੁਰਨੇ ਹੁਣੇ ਮਿੰਟ 'ਚ ਦੱਸੀ ਜਾਵਾਂਗਾ ਅਤੇ ਜਾਂ ਫਿਰ ਆਗਿਆ 'ਚ ਰਹਿਣਾ ਪੈਣਾ ਨਿਯਮ 'ਚ ਰਹਿਣਾ ਪੈਣਾ ਸੋ ਇਉਂ ਮਹਾਂਪੁਰਸ਼ ਜਿਹੜੇ ਸੀ ਉਹਨਾਂ ਦਾ ਅਸਰ ਪ੍ਰਭਾਵ ਸਿੰਘਾਂ ਦੇ ਉੱਪਰ ਸੀ ਨਾਨਕ ਨਿਵਾਸ ਵਿੱਚ ਸਿੰਘ ਪੋਥੀ ਪ੍ਰਕਾਸ਼ ਕਰਕੇ ਨੇਤਰੇ ਕਰ ਰਹੇ ਸੀ ਸੰਥਿਆ ਕਰ ਰਹੇ ਸੀ ਅਤੇ ਆਪੋ 'ਚ ਗੱਲਾਂ ਕਰਨ ਲੱਗ ਪਏ ਸੰਤਾਂ ਬਾਰੇ ਸੰਤਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਆਏ ਕਹਿਣ ਲੱਗੇ ਆਹ ਗੱਲਾਂ ਕਰਦੇ ਸੀ ਤੁਸੀਂ ਪਰ ਆਉਣ ਵਾਲੇ ਸਮੇਂ 'ਚ ਨੇਤਰਾਂ 'ਚ ਇੱਕ ਸੁੰਨ ਦੇ ਕੇ ਰੋਇਆ ਕਰੋਗੇ ਅਤੇ ਲੱਭਦਾ ਨਹੀਂ ਕਿੱਥੇ ਚਲਾ ਗਿਆ